ਹਾਜ਼ਰ ਲਿਆਕਤਾਂ ਬੀਬੀ ਅੱਜ ਵੀ ਇਹਨੇ ਕੀਤਾ ਅਤੇ ਕਲਾਮ ਦਰਦ ਨਾਲ ਪੜ੍ਹਦੇ ਨੇ। ਇਹ ਤਕਰੀਬਨ ਸੱਤਵਾਂ ਅੱਠਵਾਂ ਸਾਲ ਅਸੀਂ ਦੇਖ ਰਹੇ ਹਾਂ ਮੁਸਲਸਲ ਆ ਰਹੇ ਨੇ ਅਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਆਪਣਾ ਹਿੱਸਾ ਪਾਓ ਆਡੀਸ਼ਨ 'ਚ, ਦੋ ਤਿੰਨ ਲਾਈਨਾਂ ਪੇਸ਼ ਕਰੋ। ਹਾਂਜੀ ਹੁਣ ਆ ਗਏ ਹੋ ਤਾਂ ਫਿਰ ਆ ਜਾਓ ਕਿ ਕਿਉਂ ਜੀ ਮਕਤਬ ਇਸ਼ਕ ਦੇ ਦਾਖਲੇ ਲੈਣ ਵਾਲੇ ਗੈਰ ਹਾਜ਼ਰਾਂ ਦੇ ਕੱਟੇ ਨਾ ਜਾਂਦੇ, ਹੁੰਦੇ ਪਾਸ ਨਹੀਂ ਛੁੱਟੀਆਂ ਲੈਣ ਵਾਲੇ। ਸਜਣਾ ਲੱਗਦਾ ਗੱਲ ਕੀਤੀ ਜਾਲਾ ਲੈਦਾ ਲਗਦਾ ਛੱਡਿਆ ਵਿੱਚ ਪਿੰਡਾਂ ਖਾਧੀ ਕਸਮ ਖੁਦਾ ਜੋ
ਜਗਦਾਈ ਸਮਾਰ ਦਾਤੇ ਅਸਾਂ ਬਾਜ ਵਾਲਾ ਛੱਡ ਜੋਰ ਦਾਤੇ ਠਗਦਾਈ ਲੈ ਨਡਰੀ ਨੂੰ ਕਿਸ ਜਾ ਚਾਕਾ ਸਦਯਾਰ ਨਾ ਸਦਣਾ ਲਗਦਾਈ ਵਾਰਸ ਤਨ ਪਾਟੇ ਬਹੁਤ ਸ਼ੁਕਰੀਆ ਜੀ। ਇਹ ਹਾਜ਼ਰ ਨੇ ਆਪਾਂ ਦੀ ਉਹ ਯਾਰ ਕੋਈ ਗੱਲ ਨਹੀਂ, ਉਹ ਵੀ ਤੇ ਪਿਆਰ ਨਾਲ ਹੀ ਖਲੋਤਾ ਕੀ ਹੋ ਗਿਆ ਸਭ ਨਾਲ ਬਹੋ ਹੈ ਤੁਸੀਂ ਆਪਣੇ ਐਲਾਨ ਕਰਕੇ ਜੀ ਜੀ ਬਸ ਕਰੋ ਯਾਰ ਸਭਾ ਕੇ ਲਗੇ ਬੜਾ ਵਧੀਆ ਸਾਹਮਣੇ ਕੋਈ ਗੱਲ ਨਹੀਂ ਵਿਚਾਰਾ ਪੈਸੇ ਕਿਸ ਪੈਸੇ ਲੱਗੇ ਤੁਸੀਂ ਸਾਰੀ ਰਾਤ ਹੋ ਗਈ ਬੈਠੇ ਹੈ ਸਬਰ ਰਬੀ ਦਾ ਫਕੀਰ ਦੀ ਲੱਭ ਲੈ ਦਿਲ ਤੇ ਦਿਮਾਗ ਤੇ ਕੰਟਰੋਲ ਕਰਕੇ ਪਵੋ ਕਿਤੇ ਗਲਤੀ ਨਾ ਹੋ ਜਾਏ ਕੋਈ ਫਕੀਰ ਦੀ ਸਭ ਕੀ ਖਿਆਲ ਹੈ ਮੇਰੇ ਸੱਜਣੋ ਬੇਲੀਓ ਮਿੱਤਰੋ ਲਓ ਜੀ ਮੈਂ ਸਾਡੇ ਕੋਲ ਇੱਥੇ ਬੜੇ ਪਿਆਰੇ ਆਰਫ ਸੁਨਹਿਰੀ ਸਾਹਿਬ ਤਸ਼ਰੀਫ ਫਰਮਾਨ ਤਸ਼ਰੀਫ ਲਿਆਉਣ ਬੜੇ ਕਦੀਮ ਪੜਨ ਵਾਲੇ ਤੇ ਬੜੇ ਮੁਕਾਬਲੇ ਨਾਲ ਜਿੱਤੇ ਨੇ ਤੇ ਇਹਨਾਂ ਨੂੰ ਅਸੀਂ ਟਾਈਮ ਦਿੰਦੇ ਹਾਂ ਕਿ ਇਹ ਅੱਜ ਸਾਨੂੰ ਮੁਕਾਬਲੇ 'ਚ ਨਹੀਂ ਹੁਣ ਤੇ ਵੈਸੇ ਬਜ਼ੁਰਗ ਹੋ ਗਏ ਨੇ ਤਸ਼ਰੀਫ ਰੱਖੋ ਸਾਨੂੰ ਕੋਈ ਤਿੰਨਾਂ ਚੋਂ ਨੈਣਾਂ ਦਾ ਟੋਟਾ ਸੁਣਾਓ ਤੇ ਦੂਸਰੀ ਗੱਲ ਇਹ ਵੀ ਸਾਡੀ ਜਿਹੜੀ ਉਰਸ ਕਮੇਟੀ ਹੈ ਸੈਯਦ ਵਾਰਿਸ ਸ਼ਾਹ ਦਰਬਾਰ ਦੀ ਉਹਨਾਂ ਦੇ ਵਿੱਚ ਵੇਖੋ ਮਲੰਗ ਨੇ ਕਿੰਨੇ ਬਾਬਾ ਯਕੂਬ ਇਹਨਾਂ ਦੀ ਵੀ ਬੜੀ ਕਾਬਿਸ਼ ਹੈ ਸਾਡੇ ਮੈਨੇਜਰ ਸਾਹਿਬ ਇਸ ਤੇ ਮਾਪ ਛੋਟੀ ਉਮਰ ਦੇ ਵਿੱਚ ਇੰਨਾ ਕੰਮ ਬਰਡਨ ਇੰਨਾ ਵਜ਼ਨ ਔਰ ਪੀਰ ਵਾਰਿਸ ਸ਼ਾਹ ਦਾ ਨਾਮ ਲੈ ਕੇ ਤੇ ਪੀਰਾਂ ਫਕੀਰਾਂ ਦੀ ਮਦਦ ਦੇ ਨਾਲ ਜਨਾਬੇ ਸਾਜਦ ਚੌਹਾਨ ਸਾਹਿਬ ਥੋੜ੍ਹੀ ਉਮਰ ਕੰਮ ਵੱਡੇ ਇਹਨਾਂ ਦੇ ਨਾਂ ਦੀਆਂ ਤਾੜੀਆਂ ਜੀ ਸਾਜਦ ਚੌਹਾਨ ਸਾਹਿਬ ਸਾਡੇ ਜਿਹੜੇ ਮੈਨੇਜਰ ਸਾਹਿਬ ਨੇ ਜੀ ਆਪ ਸੁਣਾਈ ਸੀ ਸੁਖਨ ਦੇ ਰਮਜ ਇਲਾਮਣੀਏ
ਸੁਖਨ ਬੁੱਢੀਆਂ ਵਾਂਗ ਪੱਕਨੋ ਓਟ ਤੇਰੇ ਹੈ ਤੇ ਅੱਖੀ ਨਾਲ ਬਜਾਰ ਤਾਂ ਪਾਮਣੀਏ ਦਾਵਾ ਕਰੇ ਤਕਦੀਰ ਦੇ ਅਰਬੀ ਦੇ ਨਾਲ ਸਨਾ ਬੂਟੀ ਹੋਏ ਤੇ ਜੜਾਂ ਤੀਕ ਤਾਂ ਪੁੱਟ ਲੈ ਜਾਵਣੀਏ ਨਫਾ ਕੋਈ ਅਸਾਂ ਨੇੜਿਓਂ ਗੱਲ ਮੁਕਾਵਣੀ ਏ ਵਾਰਸਿਸ਼ਾ ਮੀਆਂ ਗੱਲ ਉਹ ਕਰੀਏ ਤੇ ਜਿਹੜੀ ਕੰਮ ਕਿਆਮ ਤੇ ਆਵਣੀ ਏ ਗੱਲ ਉਹ ਕਰੀਏ ਜਿਹੜੀ ਕੰਮ ਕਿਆਮ ਤੇ ਆਵਣੀ ਹੈ ਪੰਕਜ ਇਮਤਿਆਜ਼ ਸਾਹਮਣੇ ਮੋਹਤਰਮ ਵਾਰਸ ਸ਼ਾਹ ਸਰਕਾਰ ਦੀ ਗੱਲ ਕਰੀਏ ਉਹਨਾਂ ਦੀ ਹੀਰ ਦੀ ਗੱਲ ਕਰੀਏ ਉਹਨਾਂ ਦੇ ਰਾਂਝੇ ਦੀ ਗੱਲ ਕਰੀਏ ਇਹਨਾਂ ਨੂੰ ਆਪ ਹੀ ਕਹਿ ਦਿਓ ਆਪ ਕਹਿ ਦਿਓ ਵਾਰਸ ਸ਼ਾਹ ਸਰਕਾਰ ਨੇ ਵੀ ਇੱਕ ਗੱਲ ਸਾਡੇ ਨਾਲ ਕੀਤੀ ਹੈ ਨਮਾਜ਼ ਦੇ ਬਾਰੇ ਰਾਂਝਾ ਮੁੱਲਾ ਨੂੰ ਪੁੱਛਦਾ ਸਾਨੂੰ ਦੱਸ ਨਮਾਜ਼ ਹੈ ਕਾਸ ਦੀ ਜੀ ਕਾਸ ਨਾਲ ਬਣਾ ਕੇ ਸਾਰੀ ਆਨੇ
ਇਹ ਕੰਨ ਨੱਕ ਨਮਾਜ਼ ਦੇ ਹੈਣ ਕਿਤਨੇ, ਇਹ ਮੱਥੇ ਕਿਹਨਾਂ ਦੇ ਧੁਰੋਂ ਮਾਰਿਆ ਨੇ, ਲੰਬੇ ਕੱਦ ਚੌੜੀ ਕਿਸ ਹਣ ਹੁੰਦੀ ਕਿਸ ਚੀਜ਼ ਦੇ ਨਾਲ ਸਵਾਰੀਆਂ ਨੇ, ਵਾਰਸ ਕਿੱਲੀਆਂ ਕਿਤਨੀਆਂ ਇਸ ਦੀਆਂ ਨਹੀਂ ਜਿਸ ਨਾਲ ਇਹ ਬੰਨ ਖਿਲਾਰੀ ਹੈ। ਸਾਹਮਣੇ ਮੁਹਤਰਮ ਜਦੋਂ ਤਲਾਵਤ ਹੁੰਦੀ ਹੈ ਨਾ ਤੇ ਉਹ ਤਲਾਵਤ ਯਾਦ ਜ਼ਰੂਰ ਆਉਂਦੀ ਹੈ ਜਿਹੜੀ ਨੇਜ਼ੇ ਤੇ ਹੋਈ ਹੈ। ਕਿੱਥੇ ਹੋਈ ਹੈ ਉਹ ਤਲਾਵਤ ਜ਼ਰੂਰ ਯਾਦ ਆਉਂਦੀ ਹੈ। ਸੁਲਤਾਨੇ ਬਾਹੂ ਫਰਮਾਉਂਦੇ ਨੇ ਆਸ਼ਕ ਸੋਈ ਹਕੀਕੀ ਜਿਹੜਾ ਉਹ ਕਤਲ ਮਸ਼ੂਕ ਦੇ ਮੰਨੇ ਹੂ, ਇਸ਼ਕ ਨਾ ਛੋੜੇ ਨਾ ਮੁੱਖ ਮੋੜੇ, ਤੋੜੇ ਸਹਿ ਤਲਵਾਰਾਂ ਖੰਨੇ ਹੂ। ਕਾਰੀ ਸਾਹਿਬ ਜਿੱਤ ਵੱਲ ਵੇਖੇ ਰਾਜ਼ ਮੁਰਸ਼ਦ ਦੇ ਉਹ ਲੱਗੇ ਉਸੇ ਬੰਨੇ ਹੂ, ਇਹ ਸੱਚਾ ਇਸ਼ਕ ਹੁਸੈਨ ਅਲੀ ਦਾ ਸਿਰ ਦੇਵੇ ਰਾਜ਼ ਨਾ ਭੰਨੇ ਹੂ। ਉਹ ਜਦੋਂ ਵੀ ਕੋਈ ਕਾਰੀ ਤਿਲਾਵਤ ਕਰਦਾ ਨਾ ਉਸ ਕਾਰੀ ਦੀ ਯਾਦ ਪਤਾ ਕਿਵੇਂ ਆਉਂਦੀ ਹੈ, ਉਹ ਘਾਟੇ ਨਫੇ ਦੀ ਫਿਰ ਪਰਵਾਹ ਕਾਹਦੀ, ਜਦੋਂ ਹੱਕ ਦੀ ਗੱਲ ਤੇ ਅੜੀ ਦਾ ਏ ਅਣਖ ਆਨ ਤੇ ਗੈਰਤ ਦੀ ਮੁੰਦਰੀ ਵਿੱਚ ਉਹ ਨਗ ਆਪਣੇ ਖੂਨ ਦਾ ਜੜੀ ਦਾ ਏ ਸਣੇ ਬੱਚਿਆਂ ਸ਼ਹਾਦਤ ਦੀ ਪੀਂਘ ਉੱਤੇ ਝੂੰਟਾ ਅਜ਼ਮਤ ਦਾ ਲੈਣ ਲਈ ਚੜੀ ਦਾ ਏ ਚੜ ਕੇ ਨੇਜ਼ੇ ਤੇ ਨਾਜ਼ ਹੁਸੈਨ ਦੱਸਿਆ ਉਹ ਲੋਕੋ ਇੰਜ ਕੁਰਾਨ ਨੂੰ ਪੜ੍ਹੀ ਦਾ ਏ।